ਕਲੱਬ ਪ੍ਰੈਜ਼ੀਡੈਂਟ ਗੁਰਬਚਨ ਸਿੰਘ ਸੋਨੂ, SSP ਫਜ਼ਿਲਕਾ ਔਰ SH ਕੇ ਨੇਤ੍ਰਤਵ ਮੇਂ ਵਿਭਿੰਨ ਸੰਗਠਨੋਂ ਕੇ ਸਹਿਯੋਗ ਸੇ ਫਾਜ਼ਿਲਕਾ ਪੁਲਿਸ ਦੁਆਰਾ ਜਾਰੀ ਕੀਏ ਗਏ ਝੂਠੇ ਔਰ ਗੈਰ ਕਾਨੂੰਨੀ ਪਰਚੇ ਕੇ ਖਿਲਾਫ਼ ਜ਼ਿਲ੍ਹਾ ਪ੍ਰੈੱਸ ਕਲੱਬ ਫਿਰੋਜ਼ਪੁਰ ਕਾ ਪੂਰਾ ਪ੍ਰੈੱਸ ਸਮੁਦਾਇ OCIA ਸਟਾਫ ਨਵਦੀਪ ਸਿੰਘ ਭੱਟੀ ਕਾ ਪੁਤਲਾ ਜਲਾ ਕਰ ਵਿਰੋਧ ਪ੍ਰਦਰਸ਼ਨ ਕੀਆ ਗਿਆ, ਜਿਸ ਮੇਂ ਕਕਸ਼ਾ 4 ਸੰਘ ਔਰ ਸਾਥ ਹੀ ਕਈ ਅਨੇ ਸੰਗਠਨੋਂ ਨੇ ਭਾਗ ਲਿਆ। ਇਸ ਅਵਸਰ ਪਰ ਪੱਤਰਕਾਰੋਂ ਸੇ ਬਾਤ ਕਰਤੇ ਹੋਏ ਕਲਾਸ 4 ਯੂਨੀਅਨ ਕੇ ਅਧਿਕਸ਼ ਰਾਮ ਪ੍ਰਸਾਦ ਨੇ ਕਿਹਾ ਕਿ ਪੱਤਰਕਾਰ ਦੇਸ਼ ਕਾ ਚੌਥਾ ਸਤੰਭ ਹੋਤੇ ਹੈ ਔਰ ਜਿਸੇ ਦਬਾਇਆ ਜਾ ਰਹਾ ਹੈ। ਇਸਕਾ ਏਕ ਜਵਲੰਤ ਉਦਾਹਰਣ ਫਾਜ਼ਿਲਕਾ ਮੇਂ ਦੇਖਾ ਜਾ ਸਕਤਾ ਹੈ, ਜਹਾਂ CIA ਸਟਾਫ ਕੇ ਏਕ ਇੰਸਪੈਕਟਰ ਨਵਦੀਪ ਭੱਟੀ ਨੇ ਪੱਤਰਕਾਰ ਸੁਨੀਲ ਸੇਨ ਔਰ ਰਣਜੀਤ ਭਗਤ ਸਿੰਘ, ਪ੍ਰੈੱਸ ਕਲੱਬ ਕੇ ਅਧਿਕਸ਼ ਰਣਜੀਤ ਮਸੂਨ ਕੇ ਖਿਲਾਫ ਆਪਣੀ ਵਰਦੀ ਔਰ ਝੂਠੇ ਪਰਚੇ ਬਾਟੇ। ਅੱਜ ਪ੍ਰਧਾਨ ਜੀ, ਅੱਜ ਦਾ ਜਿਹੜਾ ਪੁਤਲਾ ਫੂਕਿਆ ਗਿਆ ਹੈ, ਰੋਸ ਪ੍ਰਦਰਸ਼ਨ ਕਰ ਰਹੇ ਹੋ ਤੁਸੀਂ, ਕੀ ਕਾਰਨ ਇਹ? ਜੀ, ਸਾਡੇ ਸਾਥੀ ਪੱਤਰਕਾਰ ਨੇ ਜਿਹੜੇ ਦੁਨੀਆ ਤੱਕ ਸੱਚ ਦੀ ਗੱਲਾਂ ਲੋਕਾਂ ਦੀ ਜੋ ਵੀ ਦੁਨੀਆ ਵਿੱਚ ਹੋ ਰਿਹਾ, ਜਿਹੜੀ ਗੁੰਡਾਗਰਦੀ ਸਰਕਾਰਾਂ ਕਰ ਰਹੀਆਂ ਨੇ, ਜਿਵੇਂ ਕੈਪਟਨ ਸਰਕਾਰ ਮੋਦੀ ਸਰਕਾਰ ਕਰ ਰਹੀ ਹੈ, ਇਹ ਪੱਤਰਕਾਰ ਘਰ ਘਰ ਬੈਠੇ ਲੋਕਾਂ ਨੂੰ ਸਾਰੀ ਜਾਣਕਾਰੀਆਂ ਦਿੰਦੇ ਨੇ। ਉਹਨਾਂ ਨਾਲ ਧੱਕਾ ਹੋਇਆ, ਫਾਜ਼ਿਲਕਾ ਦੇ ਵਿੱਚ ਦੋ ਸਾਥੀ ਪੱਤਰਕਾਰਾਂ 'ਤੇ ਨਜਾਇਜ਼ ਪਰਚਾ ਕੀਤਾ ਗਿਆ ਹੈ, ਉਦੋਂ ਬਾਅਦ ਜਿਹੜੇ ਪ੍ਰਧਾਨ ਨੇ ਪ੍ਰੈੱਸ ਕਲੱਬ ਦੇ ਉਹਨਾਂ 'ਤੇ ਵੀ ਪਰਚਾ ਨਜਾਇਜ਼ ਕੀਤਾ ਗਿਆ ਹੈ। ਅਸੀਂ ਮੰਗ ਕਰਦੇ ਹਾਂ ਉੱਥੋਂ ਜਿਹੜੇ SHO ਨੇ ਨਵਦੀਪ ਭੱਟੀ, ਉਹਨਾਂ ਦਾ ਡੋਪ ਟੈਸਟ ਕਰਾਇਆ ਜਾਵੇ, ਜਿਹੜੇ ਨਜਾਇਜ਼ ਕੰਮ ਸਾਰੇ ਪੁਲਿਸ ਪ੍ਰਸ਼ਾਸਨ ਕਰ ਰਹੀ ਹੈ, ਅਤੇ ਨਜਾਇਜ਼ ਸਾਡੇ ਪੱਤਰਕਾਰਾਂ ਸਾਥੀਆਂ 'ਤੇ ਪਰਚਾ ਕੀਤਾ ਗਿਆ। ਜਥੇਬੰਦੀ, ਅਸੀਂ ਕਲਾਸ 4 ਜਥੇਬੰਦੀ PSSF ਸਾਡੀ ਸਾਂਝੀ ਫੈਡਰੇਸ਼ਨ ਜਿਹੜੀ ਹੈ, ਅਸੀਂ ਸਾਰੇ ਪੱਤਰਕਾਰਾਂ ਦੇ ਨਾਲ ਸਪੋਰਟ 'ਤੇ ਖੜ੍ਹੇ ਉਹਨਾਂ ਦੇ, ਅਤੇ ਪਰਚੇ ਜਿਹੜੇ ਨਜਾਇਜ਼ ਕੀਤੇ ਗਏ ਉਹ ਜਲਦ ਤੋਂ ਜਲਦ ਰੱਦ ਕੀਤੇ ਜਾਣ, ਨਹੀਂ ਤਾਂ ਅਸੀਂ ਜਿੱਥੇ ਵੀ ਪੱਤਰਕਾਰਾਂ ਵੱਲੋਂ ਸਾਨੂੰ ਕਾਲ ਆਏਗੀ ਕਿ ਧਰਨਾ ਲਾਉਣਾ, ਮੁਜ਼ਾਹਰਾ ਕਰਨਾ, ਸਾਰੀ ਜਥੇਬੰਦੀਆਂ, ਅਸੀਂ ਮੁਲਾਜ਼ਮ ਜਿੰਨੀ ਵੀ ਜਥੇਬੰਦੀਆਂ ਸਾਰੇ ਅਸੀਂ ਰਲ ਕੇ ਉਹਨਾਂ ਦੇ ਨਾਲ ਪੂਰੀ ਸਪੋਰਟ ਕਰਾਂਗੇ। ਜਿਹੜੀ ਤੁਸੀਂ ਡੋਪ ਟੈਸਟ ਦੀ ਮੰਗ ਕੀਤੀ ਹੈ, ਇਹਨਾਂ ਦੀ ਡੋਪ ਟੈਸਟ ਕਰਾਏ ਜਾਣ ਪੁਲਿਸ ਵਾਲਿਆਂ ਦੇ, ਖਾਸ ਕਰਕੇ SHO ਸਾਹਿਬ ਦੇ ਕਰਾਏ ਜਾਣ ਕਿ ਨਸ਼ੇ ਦੇ ਵਿੱਚ 24 ਘੰਟੇ ਦੁੱਧ ਰਹਿੰਦੇ, ਜੋ ਰਿਪੋਰਟਾਂ ਇੱਥੇ ਪਬਲਿਕ ਨੂੰ ਆਮ ਪਤਾ ਹੈ, ਇਹਨਾਂ ਦੇ ਡੋਪ ਟੈਸਟ ਕਰਵਾਏ ਜਾਣ, ਜਥੇਬੰਦੀ ਮੰਗ ਕਰਦੇ ਹੈ। ਮੇਰਾ ਨਾਮ ਸੁਖਮੰਦਰ ਸਿੰਘ ਸ਼ਾਂਤ ਆ ਜੀ, ਮੈਂ ਭਾਈ ਨੱਥਾ ਭਾਈ ਅਬਦੁੱਲਾ ਢਾਡੀ ਰਾਗੀ ਗ੍ਰੰਥੀ ਸਭਾ ਵੱਲੋਂ ਆਏ ਹਾਂ ਜੀ। ਹਾਂਜੀ, ਇੱਥੇ ਅੱਜ ਅਸੀਂ ਆਏ ਹਾਂ, ਦੇਖੋ ਕਿ ਆਏ ਦਿਨ ਜਿਹੜੀਆਂ ਸਮੱਸਿਆਵਾਂ ਨੇ, ਦੇਖੋ ਜਿਹੜੇ ਪੱਤਰਕਾਰ ਜਿਹੜੇ ਸੱਚਾਈ ਦੀ ਗੱਲ ਜਿਹੜੇ ਨੇ ਲੋਕਾਂ ਤੱਕ ਜਿਹੜੀ ਸਾਡੀ ਗੱਲ ਏ ਉਹ ਪ੍ਰਸ਼ਾਸਨ ਤੱਕ ਪਹੁੰਚਾਉਂਦੇ ਨੇ, ਪਰ ਇਹਨਾਂ ਨੂੰ ਵੀ ਦਬਾਉਣ ਦੀ ਕੋਸ਼ਿਸ਼ ਕੀਤੀ ਜਾਂਦੀ। ਪਿਛਲੇ ਦਿਨ ਹੀ ਅਸੀਂ ਵੇਖਿਆ ਰਣਜੀਤ ਸਿੰਘ ਅਤੇ ਗਿੱਦੜਬਾਦ ਵਿੱਚ ਉਹਦੇ 'ਤੇ ਪਰਚਾ ਕਰ ਦਿੱਤਾ ਗਿਆ, ਅਤੇ ਇੱਥੇ ਫਿਰੋਜ਼ਪੁਰ ਦੇ ਵਿੱਚ ਵੀ ਇਹ ਕਾਂਗਰਸ ਦੇ ਵੱਲੋਂ ਕੁਝ ਪੱਤਰਕਾਰਾਂ ਦੇ ਨਾਲ ਜਿਹੜੀ ਹੱਥਾਬਾਈ ਕੀਤੀ ਗਈ, ਅਤੇ ਹੁਣ ਵੀ ਅਸੀਂ ਦੇਖਿਆ ਕਿ ਇਹ ਜਿਹੜੇ ਫਾਜ਼ਿਲਕਾ ਦੇ ਵਿੱਚ ਨਵਦੀਪ ਭੱਟੀ ਦੇ ਵੱਲੋਂ ਜਿਹੜੇ ਇਹ ਪ੍ਰੈੱਸ ਕਲੱਬ ਦੇ ਪ੍ਰਧਾਨ ਦੇ ਉੱਤੇ 2 ਜਣਿਆਂ 'ਤੇ ਪਰਤਾ ਕੀਤਾ ਗਿਆ ਹੈ, ਇਹਦੀ ਅਸੀਂ ਸਖਤ ਸ਼ਬਦਾਂ ਦੇ ਵਿੱਚ ਨਿਖੇਧੀ ਕਰਦੇ ਹਾਂ, ਅਤੇ ਅਸੀਂ ਅਪੀਲ ਕਰਦੇ ਹਾਂ ਸਰਕਾਰ ਨੂੰ ਕਿ ਇਹ ਪੱਤਰਕਾਰ ਭਾਈਚਾਰੇ ਨੂੰ ਦਬਾਉਣ ਦੀ ਕੋਸ਼ਿਸ਼ ਨਾ ਕੀਤੀ ਜਾਵੇ, ਕਿਉਂਕਿ ਇਹ ਪੱਤਰਕਾਰਾਂ ਦੇ ਨਾਲ ਸਾਡੀ ਸਾਰੀ ਸਭਾ ਬਿਲਕੁਲ ਖੜ੍ਹੀ ਹੈ, ਅਤੇ ਅਸੀਂ ਮੰਗ ਕਰਦੇ ਹਾਂ ਕਿ ਉਹਨਾਂ ਦੇ ਪਰਚੇ ਜਿਹੜੇ ਨੇ ਰੱਦ ਕੀਤੇ ਜਾਣ, ਅਤੇ ਉਹਨਾਂ ਜਿਹੜਾ ਨਵਦੀਪ ਭੱਟੀ ਹੈ ਜਿਹੜਾ ਨਸ਼ੇ ਕਰਦਾ ਆਦੀ ਹੈ ਅਤੇ ਇੱਕ ਗੁੰਡਾ ਅਫਸਰ ਹੈ, ਉਹਦੇ ਜਿਹੜੀ ਹੈ ਉਹਦੇ 'ਤੇ ਕਾਰਵਾਈ ਕੀਤੀ ਜਾਵੇ, ਅਤੇ ਉਹਦਾ ਡੋਪ ਟੈਸਟ ਜਿਹੜਾ ਇਹ ਇਹਨਾਂ ਮੁਲਾਜ਼ਮਾਂ ਦੇ ਸਾਹਮਣੇ ਕੀਤਾ ਜਾਵੇ, ਤਾਂ ਜੋ ਦੁੱਧ ਦਾ ਦੁੱਧ ਅਤੇ ਪਾਣੀ ਦਾ ਪਾਣੀ ਹੋ ਸਕੇ। ਸੋ ਅਸੀਂ ਇਹ ਅਪੀਲ ਕਰਨੀ ਚਾਹੁੰਦੇ ਹਾਂ, ਜੇ ਤਾਂ ਇਹ ਪਰਚੇ ਰੱਦ ਨਾ ਕੀਤੇ ਗਏ ਅਤੇ ਪੱਤਰਕਾਰ ਭਾਈਚਾਰੇ ਨੇ ਜਿੱਥੇ ਵੀ ਸਾਨੂੰ ਅਪੀਲ ਕੀਤੀ, ਇਹ ਤਾਂ ਅਸੀਂ ਇੱਕ ਟ੍ਰੇਲਰ ਵਿਖਾਇਆ ਛੋਟਾ ਜਿਹਾ, ਫਿਲਮ ਤਾਂ ਇਸ ਤੋਂ ਬਾਅਦ ਰਿਲੀਜ਼ ਹੋਏਗੀ, ਅਤੇ ਜੇਕਰ ਪੱਤਰਕਾਰਾਂ 'ਤੇ ਇਸੇ ਤਰ੍ਹਾਂ ਇਹ ਅੱਤਿਆਚਾਰ ਹੁੰਦਾ ਰਿਹਾ
ਅਤੇ ਪੱਤਰਕਾਰਾਂ ਦੇ ਨਾਲ ਅਸੀਂ ਜੋ ਵੀ ਅਪੀਲ ਕਰਨਗੇ ਬਿਲਕੁਲ ਸਾਡੀ ਸਾਰੀ ਜਥੇਬੰਦੀ ਇਹਨਾਂ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੀ ਹੋਈ ਆ ਜੀ। ਤਾਜ਼ਾ ਅਪਡੇਟਸ ਔਰ ਬੜੀ ਖਬਰੋਂ ਕੇ ਲਈ ਸਬਸਕ੍ਰਾਈਬ ਕਰੇਂ ਅੱਜ ਪ੍ਰਕਾਸ਼ ਟੀਵੀ ਔਰ ਬੈਲ ਆਈਕਨ ਦਬਾਨਾ ਨਾ ਭੁਲੇਂ।